ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਦੇਖੋ ਸਾਡਾ ਬਲੈਕਬੇਰੀ ਬਹੁਤ ਸਟਰੋਂਗ ਹੋ ਗਿਆ ਪਹਿਲਾਂ ਨਾਲੋਂ, ਅਤੇ ਡੈਡੀ ਨੇ ਟੋਕਾ ਕਰਤਾ, ਅਤੇ ਇੱਧਰ ਮੰਮੀ ਹੁਣ ਤਿਉਹਾਰ ਕੱਢਣਗੇ, ਪਹਿਲਾਂ ਝਾੜੂ ਲਾਉਣ ਲੱਗੇ ਨੇ। ਅੱਜ ਸਾਡੀ ਇਕੱਟੀ ਜਿਹੜੀ ਅਸੀਂ ਮਾਸੀ ਜੀ ਨੂੰ ਦੇਣੀ ਹੈ, ਇਹ ਥੋੜ੍ਹੀ ਬਿਮਾਰ ਹੈ, ਸਵੇਰ ਦੀ ਥੋੜ੍ਹਾ ਟਾਈਮ ਪਹਿਲਾਂ ਡਾਕਟਰ ਆਇਆ ਸੀ ਅਤੇ ਇਹਨੂੰ ਬੁਖਾਰ ਹੈ ਅਤੇ ਇਹਦੇ ਇੰਜੈਕਸ਼ਨ ਲਗਾ ਕੇ ਗਿਆ। ਇਹ ਵਿਚਾਰੀ ਸਵੇਰ ਦੀ ਨਾ ਕੱਖ ਖਾਂਦੀ ਹੈ ਨਾ ਪਾਣੀ ਪੀਂਦੀ ਹੈ। ਪਤਾ ਨਹੀਂ ਮੇਰੀ ਮਾਸੀ ਜੀ ਦੀ ਕੱਟੀ ਨੂੰ ਕੀ ਹੋ ਗਿਆ। ਓ ਮਾਈ ਗੋਡ, ਪਲੀਜ਼ ਠੀਕ ਕਰ ਦਿਉ ਇਹਨੂੰ, ਕਿਤੇ ਮਾਸੀ ਜੀ ਬਾਅਦ 'ਚ ਇਹ ਨਾ ਕਹਿਣ ਕਿ ਸੇਵਾ ਨਹੀਂ ਕਰੀ ਤੁਸੀਂ, ਵੀ ਮੈਨੂੰ ਦੇਣੀ ਸੀ ਕੱਟੀ। ਅਤੇ ਇੱਧਰ ਸਾਡੀ ਬਾਰ ਵੀ ਖੜ੍ਹੀ ਹੈ, ਲਿਬੜ ਗਈ ਇਹ, ਇੱਧਰ ਆ ਮੱਝ ਖੜ੍ਹੀ ਹੈ ਅਤੇ ਮੰਮੀ ਝਾੜੂ ਲਗਾ ਰਹੇ ਨੇ, ਅਤੇ ਇੱਧਰ ਡੈਡੀ ਜੀ ਨੇ ਸਾਰਾ ਖੱਬਰ ਪੱਟ ਕੇ ਸਫਾਈ ਕਰਤੀ ਕਿਉਂਕਿ ਕੱਚਾ ਮੌਸਮ ਆ, ਕੀ ਪਤਾ ਲੱਗਦਾ ਮੀਂਹ ਪਏ ਤੋਂ ਨਾ, ਕੁਛ ਵੀ ਖੱਬਰ 'ਚ ਢੁੱਕ ਕੇ ਬੈਠ ਸਕਦਾ। ਇਹ ਵੇਖੋ ਸਾਰੀ ਸਫਾਈ ਕਰਤੀ ਅਤੇ ਉੱਧਰ ਕਰ ਰਹੇ ਨੇ। ਮੌਸਮ ਬਹੁਤ ਠੰਡਾ ਹੋਇਆ, 3-4 ਦਿਨ ਤੋਂ ਲਗਾਤਾਰ ਡੇਲੀ ਮੀਂਹ ਆ ਜਾਂਦਾ, ਸਾਰੀ ਰਾਤ ਮੀਂਹ ਪਈ ਗਿਆ ਅਤੇ ਹੁਣ ਥੋੜ੍ਹਾ ਹਟਿਆ। ਸਵੇਰੇ ਵੀ ਕਾਫੀ ਮੀਂਹ ਪਿਆ, ਇੱਧਰ ਬੱਚੇ ਖੇਡਣ ਆ ਗਏ, ਡੇਲੀ ਇੱਥੇ ਖੇਡਦੇ ਨੇ। ਇਹ ਦੇਖੋ ਬੱਚੇ ਖੇਡਣ ਦੀ ਤਿਆਰੀ ਕਰ ਰਹੇ ਨੇ, ਇਹ ਪਿੱਠੂ ਖੇਡਦੇ ਨੇ ਡੇਲੀ ਸ਼ਾਮ ਨੂੰ, ਇਹ ਹੁਣ 7 ਵਜੇ ਦੇ ਤਕਰੀਬਨ ਫਿਰ ਹਟਣਗੇ, ਉਨਾ ਟਾਈਮ ਇਹ ਖੇਡੀ ਜਾਂਦੇ ਨੇ। ਮੌਸਮ ਠੰਡਾ, ਪਰਸੋਂ ਤਾਂ ਇਹ ਸਾਰਾ ਦਿਨ ਹੀ ਖੇਡੀ ਗਏ, ਸਿਰਫ ਰੋਟੀ ਚਾਹ ਨੂੰ ਹਟੇ ਸੀ। ਸਾਡਾ ਬਲੈਕਬੇਰੀ ਦੁੱਧ ਪੀ ਰਿਹਾ, ਉਹਨੇ ਪਹਿਲਾਂ ਨਾਲੋਂ ਬਹੁਤ ਸਟਰੋਂਗ ਹੋ ਗਿਆ। ਦੇਖੋ ਦੁੱਧ ਪੀ ਕੇ ਸਟਰੋਂਗ ਹੋ ਜਾਂਦਾ, ਇਹ ਬਹੁਤ ਖਰਾਬ ਹੋ ਗਿਆ ਪਹਿਲਾਂ ਨਾਲੋਂ। ਇਹ ਦੇਖੋ ਹੁਣ ਇਹਨੂੰ ਫਰਕ ਪੈ ਗਿਆ, ਕਿਉਂਕਿ ਇਹਦੇ ਟੀਕੇ ਲੱਗੇ ਨੂੰ 2-2.5 ਘੰਟੇ ਹੋ ਗਏ, ਨਹੀਂ ਤਾਂ ਪਹਿਲਾਂ ਇਹ ਬਹੁਤ ਕੰਬਦੀ ਸੀ ਵਿਚਾਰੀ ਅੱਜ ਸਵੇਰ ਦੀ। ਨਾ ਇਹਨੇ ਮੋਰਨਿੰਗ ਟਾਈਮ ਪਾਣੀ ਪੀਤਾ, ਨਾ ਫਿਰ ਕੱਖ ਖਾਧੇ ਆ, ਅਤੇ ਨਾ ਤਾਂ ਹੁਣ ਇਹ ਜੁਗਾਲੀ ਕਰਨ ਲੱਗ ਗਈ। ਸ਼ੁਕਰ ਆ ਵਾਹਿਗੁਰੂ ਦਾ, ਮੇਰੀ ਮਾਸੀ ਦੀ ਕੱਟੀ ਠੀਕ ਹੋ ਗਈ। ਇਹ ਦੇਖੋ ਡੈਡੀ ਨੇ ਸਾਰੀ ਸਫਾਈ ਕਰਤੀ, ਬਸ ਥੋੜ੍ਹੀ ਜਿਹੀ ਰਹਿ ਗਈ। ਚਲੋ ਠੀਕ ਹੈ, ਮਿਲਦੇ ਹਾਂ ਫਿਰ ਕਿਸੇ ਨੈਕਸਟ ਵਲੌਗ ਦੇ ਨਾਲ। ਸਤਿ ਸ਼੍ਰੀ ਅਕਾਲ।